ਸਤਿ ਸ਼੍ਰੀ ਅਕਾਲ ਦੋਸਤੋ, ਅਮੇਜ਼ਿੰਗ ਪੰਜਾਬੀ ਫੈਕਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਜਵਾਨ ਅਰਬਪਤੀ ਦੀ, ਜਿਸ ਨੇ ਆਪਣੇ ਟੈਲੈਂਟ ਦੇ ਦਮ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਖੂਬ ਨਾਮ ਕਮਾਇਆ। ਹਾਂਜੀ ਦੋਸਤੋ, ਸਾਡੇ ਸਾਰਿਆਂ ਦੇ ਐਂਡਰਾਇਡ ਫੋਨਸ ਤੇ ਚੱਲ ਰਹੀ, ਸਾਡੇ ਸਾਰਿਆਂ ਦੀ ਮਨ ਭਾਉਂਦੀ ਵੈਬਸਾਈਟ ਫੇਸਬੁੱਕ ਦੇ ਓਨਰ ਮਾਰਕ ਜ਼ੁਕਰਬਰਗ ਦੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ, ਕਿਉਂਕਿ ਅਜਿਹੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹੀ ਰਵਾਂਗੇ। ਪੂਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸ਼ੁਰੂ ਕਰਦੇ ਹਾਂ ਦੋਸਤੋ। ਦੁਨੀਆ ਜੁੰਝ ਤਾਂ ਹਜ਼ਾਰਾਂ ਲੋਕ ਪੈਦਾ ਹੁੰਦੇ ਨੇ, ਪਰ ਇਹਨਾਂ 'ਚੋਂ ਕੁਝ ਦੁਨੀਆ ਬਦਲਣ ਦਾ ਟੈਲੈਂਟ ਰੱਖਦੇ ਨੇ। ਇਹਨਾਂ 'ਚੋਂ ਇੱਕ ਨਾਮ ਹੈ ਮਾਰਕ ਜ਼ੁਕਰਬਰਗ ਦਾ, ਜੋ ਕਿ ਫੇਸਬੁੱਕ ਦੇ ਮਾਲਕ ਹਨ, ਜੋ ਆਪਣੇ ਤੇਜ਼ ਦਿਮਾਗ ਤੇ ਅਮੁੱਲ ਟੈਲੈਂਟ ਦੇ ਸਿਰ ਤੇ ਦੁਨੀਆ ਦੇ ਰਾਜ ਕਰ ਰਹੇ ਹਨ। ਮਾਰਕ ਜ਼ੁਕਰਬਰਗ ਦਾ ਜਨਮ 14 ਮਈ 1984 ਨੂੰ ਹੋਇਆ। ਬਚਪਨ ਤੋਂ ਹੀ ਮਾਰਕ ਕੰਪਿਊਟਰ ਦੇ ਬਹੁਤ ਸ਼ੌਕੀਨ ਸਨ। ਛੋਟੀ ਉਮਰ ਵਿੱਚ ਹੀ ਉਹਨਾਂ ਨੇ ਕੰਪਿਊਟਰ ਦੇ ਪ੍ਰੋਗਰਾਮ ਲਿਖਣੇ ਸ਼ੁਰੂ ਕਰ ਦਿੱਤੇ ਸਨ। ਉਹਨਾਂ ਦੇ ਪਿਤਾ ਉਹਨਾਂ ਦੀ ਪ੍ਰੋਗਰਾਮਿੰਗ 'ਚ ਕਾਫੀ ਮਦਦ ਕਰਦੇ ਸਨ। ਮਾਰਕ ਦੀ ਤੇਜ਼ ਬੁੱਧੀ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਉਹ ਏਦਾਂ ਦੇ ਸਵਾਲ ਪੁੱਛਦੇ ਸਨ ਜਿਸ ਸਾਹਮਣੇ ਉਹਨਾਂ ਦੇ ਅਨੁਭਵੀ ਕੰਪਿਊਟਰ ਟੀਚਰ ਵੀ ਫੇਲ ਹੋ ਜਾਇਆ ਕਰਦੇ ਸਨ। ਕਾਲਜ ਦੀ ਪੜ੍ਹਾਈ ਲਈ ਮਾਰਕ ਨੇ ਹਾਰਵਰਡ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਸੀ। ਉਹਨਾਂ ਦੇ ਤੇਜ਼ ਦਿਮਾਗ ਨੂੰ ਦੇਖਦੇ ਹੋਏ ਇੱਥੇ ਉਹਨਾਂ ਨੂੰ ਪ੍ਰੋਗਰਾਮਿੰਗ ਐਕਸਪਰਟ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ। ਕਾਲਜ ਦੇ ਟਾਈਮ ਤੇ ਫੇਸਬੁੱਕ ਨਾਮ ਦੀ ਇੱਕ ਕਿਤਾਬ ਹੁੰਦੀ ਸੀ, ਜਿਸ ਵਿੱਚ ਕਾਲਜ ਦੇ ਸਾਰੇ ਸਟੂਡੈਂਟਸ ਦੀ ਫੋਟੋ ਤੇ ਉਹਨਾਂ ਦੀ ਡਿਟੇਲ ਹੁੰਦੀ ਸੀ। ਏਦਾਂ ਦਾ ਹੀ ਕੁਝ ਸੋਚ ਕੇ ਮਾਰਕ ਨੇ ਕੇਵਲ 19 ਸਾਲ ਦੀ ਉਮਰ ਦੇ ਵਿੱਚ ਫੇਸ ਮੈਸ਼ ਨਾਮ ਦੀ ਇੱਕ ਵੈਬਸਾਈਟ ਬਣਾਈ। ਇਸ ਵੈਬਸਾਈਟ ਲਈ ਲੜਕੀਆਂ ਤੇ ਲੜਕੀਆਂ ਦੀ ਫੋਟੋਆਂ ਇਕੱਠੀਆਂ ਕਰਨੀਆਂ ਹੁੰਦੀਆਂ ਸਨ, ਤੇ ਇਹਦੇ ਲਈ ਮਾਰਕ ਨੇ ਹਾਰਵਰਡ ਯੂਨੀਵਰਸਿਟੀ ਦੀ ਵੈਬਸਾਈਟ ਹੈਕ ਕਰ ਲਈ। ਫੇਸ ਮੈਸ਼ ਕਾਲਜ ਸਟੂਡੈਂਟਸ ਬਹੁਤ ਫੇਮਸ ਹੋਈ, ਪਰ ਲੜਕੀਆਂ ਨੇ ਇਹਨੂੰ ਆਪੱਤੀਜਨਕ ਦੱਸਦਿਆਂ ਇਸ ਦਾ ਵਿਰੋਧ ਕੀਤਾ। 2004 ਦੇ ਵਿੱਚ ਮਾਰਕ ਨੇ ਦ ਫੇਸਬੁੱਕ ਨਾਮ ਦੀ ਇੱਕ ਵੈਬਸਾਈਟ ਬਣਾਈ। ਦ ਫੇਸਬੁੱਕ ਨਾਮ ਦੀ ਇਸ ਵੈਬਸਾਈਟ ਦੀ ਪੋਪੂਲੈਰਿਟੀ ਦਿਨ ਬ ਦਿਨ ਵਧਦੀ ਜਾ ਰਹੀ ਸੀ। ਕਾਲਜ ਸਟੂਡੈਂਟਸ ਤੋਂ ਇਲਾਵਾ ਇਹ ਵੈਬਸਾਈਟ ਹੁਣ ਪੂਰੀ ਦੁਨੀਆ ਵਰਤਣ ਲੱਗ ਗਈ ਸੀ। ਇਹ ਵੈਬਸਾਈਟ ਦੀ ਪੋਪੂਲੈਰਿਟੀ ਨੂੰ ਵੇਖਦਿਆਂ ਮਾਰਕ ਨੇ ਕਾਲਜ ਵਿੱਚੇ ਛੱਡ ਕੇ ਆਪਣੀ ਇੱਕ ਟੀਮ ਇਕੱਠੀ ਕੀਤੀ ਤੇ ਪੂਰੀ ਮਿਹਨਤ ਦੇ ਨਾਲ ਇਸ ਵੈਬਸਾਈਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 2007 ਦੇ ਵਿੱਚ ਇਸ ਤੇ ਲੱਖਾਂ ਅਕਾਊਂਟ ਬਣ ਚੁੱਕੇ ਸਨ। 2011 ਦੇ ਵਿੱਚ ਇਹ ਵੈਬਸਾਈਟ ਦੁਨੀਆ ਦੀ ਸਭ ਤੋਂ ਵੱਡੀ ਵੈਬਸਾਈਟ ਬਣ ਚੁੱਕੀ ਸੀ ਤੇ ਅੱਜ ਮਾਰਕ ਜ਼ੁਕਰਬਰਗ ਦੁਨੀਆ ਦੇ ਯੰਗੈਸਟ ਬਿਲੀਅਨਰੇ 'ਚੋਂ ਇੱਕ ਨੇ। ਦੋਸਤੋ, ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਸਾਡੇ ਚੈਨਲ ਅਮੇਜ਼ਿੰਗ ਪੰਜਾਬੀ ਫੈਕਟਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।